ਕਿੱਥੋਂ ਆਉਂਦੀ ਹੈ ਨੀਂਦ। ਜੀ, ਨਾਲੇ ਸਕੇ ਉਹ ਵੀ ਹਟਣਾ ਸ਼ੁਰੂ ਹੋ ਜਾਣਾ ਨਾ, ਕਿਉਂਕਿ ਜਿਹੜਾ ਜਿਹੜੀ ਬੋਡੀ ਆ ਨਾ, ਫਿਰ ਉਹਨੂੰ ਸਮਝ ਲੱਗ ਜਾਣੀ ਆ ਕਿ ਨਹੀਂ ਹੁਣ ਇਹ ਰੁਟੀਨ ਆ ਜਿਹੜੀ ਹੈ ਨਾ ਬੋਡੀ, ਉਹ ਬਹੁਤ ਛੇਤੀ ਗੱਜ ਜਾਂਦੀ ਆ। ਜਿੱਦਾਂ ਤੁਸੀਂ ਗਜਾਉਂਦੇ ਆ ਨਾ, ਜਿੱਦਾਂ ਮਨ ਆ, ਮਨ ਕਹਿੰਦੇ ਨੇ ਨਿਆਣਾ ਆ ਜਾਂ ਮਨ ਬੰਦ ਰਿਹਾ, ਜਾਂ ਪਹਿਲਾਂ ਫੋਟੋ ਨਹੀਂ ਸਿਲਾਈ ਅਤੇ ਉਹ ਕਹਿਣ ਲੱਗ ਪਏ ਸੀ ਇਹ ਕਦੇ ਫੋਟੋਆਂ ਲਾਈਆਂ, ਆ ਕਦੇ ਫੋਟੋਆਂ ਲਾਈਆਂ ਨਾ, ਇਹ ਫਿਰ ਮਨ ਜਿੱਦਾਂ ਨਾ ਆਪਣੇ ਆਪ ਹੀ ਫਿਰ ਟਿਕਣਾ ਸ਼ੁਰੂ ਕਰਦਾ। ਮਨ ਫਿਰ ਜਿਹੜਾ ਸਰੀਰ ਟਿਕਾਉਣਾ, ਕਿਉਂਕਿ ਮਨ ਨੂੰ ਪ੍ਰਧਾਨਗੀ ਦਿੱਤੀ ਹੋਈ ਆ, ਫਿਰ ਸਰੀਰ ਟਿਕਣਾ ਸ਼ੁਰੂ ਹੋ ਜਾਂਦਾ ਆਪਣੇ ਆਪ ਹੀ। ਜਦੋਂ ਉਹ ਟਿਕਣਾ ਸ਼ੁਰੂ ਹੋ ਗਿਆ ਨਾ, ਫਿਰ ਆਪਣੇ ਤੁਸੀਂ ਤੁਹਾਡੇ ਤੋਂ ਬਹੁਤ ਸੀ ਤੁਹਾਡੇ ਬਹੁਤ ਤੁਹਾਡੇ ਤੋਂ ਬਰਡਨ ਸੀਗਾ, ਤੁਹਾਡੇ ਵਿੱਚ ਗੁੱਸਾ ਬਹੁਤ ਸੀਗਾ, ਤੁਹਾਡੇ ਤੋਂ ਬੜਾ ਕੁਛ ਸੀਗਾ, ਹੈ ਨਾ। ਉਹ ਤੁਸੀਂ ਦੇਖੋ ਤੁਸੀਂ ਇੱਥੇ ਤੱਕ ਆਏ ਆ, ਤੁਸੀਂ ਕਿੱਦਾਂ ਆਪਣੇ ਆਪ ਨੂੰ ਕਲੀਅਰ ਕੀਤਾ ਨਾ, ਸਾਰਾ ਕੁਛ ਤੁਸੀਂ ਕਲੀਅਰ ਇੱਥੇ ਤੱਕ ਆਏ ਆ, ਹੌਲੀ ਹੌਲੀ ਜਿਹੜਾ ਆ ਵੀ ਇਹ ਵੀ ਕਲੀਅਰ ਹੋ ਜਾਣਾ ਆ, ਹੈ ਨਾ। ਅਤੇ ਜਦੋਂ ਤੁਸੀਂ ਇਸ ਗੱਲ ਨੂੰ ਜਾਣਨ ਲੱਗ ਪੈਂਦੇ ਨਾ ਕਿ ਜਿਹੜਾ ਉਹ ਜਿਹੜਾ ਹੁਕਮ ਵਾਲਾ ਹੈ ਨਾ, ਉਹਨੇ ਹੁਕਮ ਚਲਾਉਣਾ, ਪਾਤਸ਼ਾਹ ਜਿੱਦਾਂ ਕਹਿੰਦੇ ਨੇ ਹੁਕਮੀ ਹੁਕਮ ਚਲਾਓ ਰਾ ਨਾਨਕ ਵਿਕਸੇ ਵੇ ਪ੍ਰਵਾਹ, ਹੈ ਨਾ। ਉਹ ਜਦੋਂ ਪਤਾ ਲੱਗ ਜਾਂਦਾ ਜਿਹੜਾ ਹੁਕਮ ਵਾਲੇ ਨੇ ਤਾਂ ਹੁਕਮ ਚਲਾ ਹੀ ਜਾਣਾ ਆ, ਹੈ ਨਾ। ਫਿਰ ਉਹ ਅਸੀਂ ਕਰ ਕੀ ਸਕਦੇ ਹਾਂ, ਅਸੀਂ ਤਾਂ ਕੁਛ ਵੀ ਨਹੀਂ ਹੈਗੇ, ਹੈ ਨਾ। ਫਿਰ ਆਪਣੇ ਆਪ ਹੀ ਜਿਹੜਾ ਸਰੀਰ ਆ ਉਹ ਵੀ ਟਿਕਣਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹਨੂੰ ਪਤਾ ਆ ਮਨ ਨੇ ਤਾਂ ਕੰਮ ਕਰਨਾ ਹੀ ਕਰਨਾ ਆ, ਮੈਂ ਕੀ ਆ, ਮੈਂ ਤਾਂ ਕੁਛ ਨਹੀਂ ਹੈਗਾ। ਤੁਸੀਂ ਕੰਟਰੋਲ ਨਹੀਂ ਕਿਸੇ ਨੂੰ ਕਰ ਸਕਦੇ, ਨਾ ਮਨ ਨੂੰ ਕਰ ਸਕਦੇ ਆ, ਨਾ ਪੰਜ ਪੁੱਤਾਂ ਨੂੰ ਕਰ ਸਕਦੇ ਆ। ਇਹ ਕੰਟਰੋਲ ਹੋਣਾ ਆ ਸਿਮਰਨ ਦੇ ਨਾਲ ਹੀ। ਫਿਰ ਜਦੋਂ ਸਾਰੀਆਂ ਇਕੱਠੀਆਂ ਹੋਣੀਆਂ ਚੀਜ਼ਾਂ ਨਾ, ਫਿਰ ਉਦੋਂ ਉਹ ਆਪਣੇ ਆਪ ਹੀ ਟਿਕਣਾ ਸ਼ੁਰੂ ਹੋ ਜਾਣਾ ਮਨ ਤੁਹਾਡਾ। ਜੀ ਵਾਹਿਗੁਰੂ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ। ਅਕਾਲ ਉਸ ਤੱਥ ਕੋ ਪਾਠ ਸੁਣਾ ਦੋ। ਕੱਲ ਉਸ ਨੂੰ ਤੁਸੀਂ ਸੁਣਦੇ ਹੋ? ਮੈਂ ਬਹੁਤ ਅੱਛਾ ਲੱਗਦਾ, ਤਾਂ ਹੀ ਕਹਿੰਦੇ ਤੁਹਾਡੇ ਤੋਂ ਵੀ ਸੁਣਨਾ ਭਾਈ ਮੰਨਾ ਜੀ। ਗੱਲ ਜੀ ਜੀ ਦਲਜੀਤ ਜੀ, ਦਲਜੀਤ ਭਾਜੀ ਨੇ ਵੀ ਅੱਜ ਕੀਤਾ ਸੀਗਾ। ਰਾਈ ਰਾਈ ਰਾਈ। ਉਹ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਉਹ ਪਾਠ ਦੀ ਜੀ, ਆਈ ਲਾਈਕ ਲਿਸਨਿੰਗ ਟੂ ਇਟ। ਜੀ 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 ਇਸ ਮੈਂ ਤਾਂ ਦੱਸਾਂ 24 ਘੰਟੇ ਮੈਂ ਕਰਦਾ ਰਹਿੰਦਾ ਨਾ, ਹਾਂਜੀ ਠੀਕ ਹੈ, ਇਹ ਚੱਲਦਾ ਰਹਿੰਦਾ, ਬਹੁਤ ਆਨੰਦ।